ਸਮਾਣਾ ਨਗਰ ਕੌਂਸਲ ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੈ। ਕਾਂਗਰਸ ਪਾਰਟੀ ਦੇ ਅਧਿਆਕਸ਼ ਹੈ ਅਤੇ ਮੈਂਬਰ ਹਨ। ਸੋਮਵਾਰ ਨੂੰ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਚੌੜਾਮਾਜਰਾ ਸ਼ਾਮਿਲ ਹੋਏ ਸਨ। ਇਸ ਮੀਟਿੰਗ ਦੇ ਬਾਅਦ ਕਾਂਗਰਸ ਦੇ ਜਿਹੜੇ ਮੌਜੂਦਾ ਨਗਰ ਕੌਂਸਲ ਦੇ ਪ੍ਰਧਾਨ ਹੈ ਉਹਨਾਂ ਵੱਲੋਂ ਆਰੋਪ ਲਾਇਆ ਗਿਆ ਕਿ ਸਿਹਤ ਮੰਤਰੀ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਗਈਆਂ, ਸਾਡੇ ਮੈਂਬਰਾਂ ਨੂੰ ਧਮਕੀ ਦਿੱਤੀ ਗਈਆਂ, ਮੁਕਦਮੇ ਦਰਜ ਕਰਾ ਦਾਂਗੇ, ਸਾਡੇ ਕਹਿਣ 'ਚ ਚੱਲੋ, ਇਸ ਤਰ੍ਹਾਂ ਦੀ ਗੱਲਾਂ ਕਹੀ। ਇਸ ਮੁੱਦੇ ਨੂੰ ਲੈ ਕੇ ਅੱਜ ਸਾਬਕਾ ਵਿਧਾਇਕ ਸਮਾਣਾ ਰਜਿੰਦਰ ਸਿੰਘ ਨਗਰ ਕੌਂਸਲ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ, ਕਾਂਗਰਸ ਪਾਰਟੀ ਦਾ ਨਗਰ ਕੌਂਸਲ ਦੇ ਕਬਜ਼ਾ ਹੈ, ਇਹ ਜਿਹੜਾ ਮੰਤਰੀ ਹੈ ਸਾਡੇ ਮੈਂਬਰਾਂ ਨੂੰ ਪ੍ਰਧਾਨ ਨੂੰ ਡਰਾ ਰਿਹਾ, ਧਮਕਾ ਰਿਹਾ। ਇਹ ਮਾਮਲਾ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਉਠਾਵਾਂਗੇ ਅਤੇ ਸਾਡੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਬੜਿੰਗ ਗੁਜਰਾਤ ਹੈ, ਉਹ ਕੁਛ ਦਿਨ ਬਾਅਦ ਉਹ ਵੀ ਆਉਣਗੇ ਇਸ ਮੁੱਦੇ ਤੇ ਲਈ। ਅਤੇ ਜਦ ਇਸ ਮਾਮਲੇ ਸੰਬੰਧੀ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਕੋਈ ਧਮਕੀ ਨਹੀਂ ਦਿੱਤੀ, ਮੀਟਿੰਗ 'ਚ ਗਿਆ ਸੀ, ਜਿਹੜੇ ਵਿਰੋਧੀ ਦਲ ਦੇ ਮੈਂਬਰ ਹੈ ਉਹਨਾਂ ਕੀ ਵੀ ਸ਼ਿਕਾਇਤਾਂ ਸੁਣੀਆਂ, ਤਕਲੀਫਾਂ ਸੁਣੀਆਂ, ਇਹ ਆਰੋਪ ਸਭ ਝੂਠੇ ਹੈ। ਮੇਰਾ ਕੰਮ ਤਾਂ ਸਮਾਣਾ ਦਾ ਵਿਕਾਸ ਕਰਾਉਣਾ ਹੈ, ਇਹ ਆਰੋਪ ਜਿਹੜੇ ਲਾ ਰਹੇ ਹੈ ਕਾਂਗਰਸ ਦੇ ਹੀ ਲੋਕ ਆਪਸ ਮੇ ਲੜਦੇ ਹੈ, ਆਪ ਪਾਰਟੀ ਦਾ ਕੋਈ ਮੈਂਬਰ ਵੀ ਨਹੀਂ ਹੈ, ਮੈਨੂੰ ਕਿਆ ਜ਼ਰੂਰਤ ਹੈ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ 7 ਤਰੀਕ ਨੂੰ ਪਰਸੋਂ ਵਜ਼ੀਰ ਸਾਹਿਬ ਚੇਤਨ ਚੌੜਾਮਾਜਰਾ ਜੀ ਜਿਹੜੀ ਮਹੀਨੇ ਦੀ ਇੱਥੇ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਸ਼ਿਰਕਤ ਕੀਤੇ ਸੀ, ਔਰ ਜੋ ਉਸ ਮੀਟਿੰਗ ਦੇ ਵਿੱਚ ਉਹਨਾਂ ਦਾ ਵਿਵਹਾਰ ਸੀ, ਜੋ ਉਹਨਾਂ ਦੀ ਲੈਂਗੁਏਜ ਸੀ, ਭੱਦੀ ਸ਼ਬਦਾਵਲੀ ਸੀ, ਬਹੁਤ ਹੀ ਨਿੰਦਣਯੋਗ, ਬਹੁਤ ਹੀ ਇਤਰਾਜ਼ਯੋਗ ਸੀ। ਇੱਥੇ ਤੱਕ ਵੀ ਸ਼ਰਮ ਨਹੀਂ ਕੀਤੀ ਗਈ ਕਿ ਸਾਡੀਆਂ ਬੀਬੀਆਂ ਜਿਹੜੀਆਂ 7 ਲੇਡੀਜ਼ ਮਿਊਂਸਪਲ ਕੌਂਸਲਰ ਸੀ ਇੱਥੇ ਬੈਠੀਆਂ ਸੀ ਮੀਟਿੰਗ, ਉਹਨਾਂ ਦੀ ਵੀ ਸ਼ਰਮ ਨਹੀਂ ਕੀਤੀ ਗਈ। ਔਰ ਧਮਕੀ ਭਰਿਆ ਵਤੀਰਾ, ਪਰ ਇਹ ਕਿਹਾ ਗਿਆ ਕਿ ਕੌਂਸਲਰ ਸਾਹਿਬਾਨ ਨੂੰ ਕਿ ਤੁਸੀਂ ਬੰਦੇ ਬਣ ਜਾਓ, ਮੇਰੇ ਨਾਲ ਚਲੋ, ਜਿਹੜਾ ਬੰਦਾ ਮੇਰੀ ਮਰਜ਼ੀ ਤੋਂ ਬਾਹਰ ਹੋ ਕੇ ਚਲੂਗਾ, ਪਰਚੇ ਵੀ ਕਰਾਂਗੇ, ਧੱਕਾ ਵੀ ਕਰਾਂਗੇ, ਹਰੇਕ ਤਰੀਕੇ ਦੇ ਨਾਲ ਸਾਡੀ ਸਰਕਾਰ ਹੈ, ਮੈਂ ਬੜਾ ਪਾਵਰਫੁਲ ਵਜ਼ੀਰ ਹਾਂ, ਮੇਰੇ ਹੱਥ ਦੇ ਵਿੱਚ ਇਕੱਲੀ ਪੁਲਿਸ ਨਹੀਂ, ਔਰ ਵਜ਼ੀਰ ਸਾਹਿਬ ਇੱਥੇ ਤੱਕ ਕਹਿ ਕੇ ਮੇਰੇ ਪਰਸਨਲ ਗੁੰਡੇ ਹੈ ਮੇਰੇ ਕੋਲ, ਬਦਮਾਸ਼ ਨੇ। ਸੋ ਮੈਂ ਇਸ ਤਰ੍ਹਾਂ ਦਾ ਮਾਹੌਲ ਕਦੇ ਸਮਾਣੇ 'ਚ ਨਹੀਂ ਦੇਖਿਆ ਸੀ, ਔਰ ਇਹ ਵੀ ਕਹਿ ਕੇ ਗਏ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਦੇ ਝੂਠੇ ਪਰਚੇ ਅਸੀਂ ਕਰਾਂਗੇ, ਔਰ ਸਟਾਰਟ ਇਹਨਾਂ ਨੇ ਇਹ ਕੰਮ ਕਰਤਾ। ਤੁਹਾਡੇ ਸਾਹਮਣੇ 3-4 ਸਾਡੇ ਮਿਊਂਸਪਲ ਕੌਂਸਲਰ ਨੇ ਜਿਹੜੇ ਅੱਜ ਸਾਡੀ ਪਾਰਟੀ ਦੇ ਖਿਲਾਫ, ਜਿਨ੍ਹਾਂ ਨੂੰ ਅਸੀਂ ਟਿਕਟਾਂ ਦੇ ਕੇ MC ਬਣਾਇਆ, ਅਹੁਦੇਦਾਰ ਬਣਾਇਆ, ਅੱਜ ਆਮ ਆਦਮੀ ਪਾਰਟੀ ਦੀ ਸਟੇਜ 'ਤੇ ਬੈਠ ਕੇ ਸਾਨੂੰ ਉਹ ਰਾਜਨੀਤੀ ਸਮਝਾਉਂਦੇ ਵੀ ਕਰਨਾ ਕੀ। ਤਾਂ ਅਖੀਰ 'ਚ ਆ ਕੇ ਵਜ਼ੀਰ ਸਾਹਿਬ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ, ਸਾਡੇ ਪ੍ਰਧਾਨ ਸਾਹਿਬ ਦੇ ਗਲ ਪਾਇਆ ਗਿਆ ਉਹਨਾਂ ਨੂੰ, ਅਤੇ ਉਹਨਾਂ ਨੇ ਵੀ ਬੜੀ ਭੱਦੀ ਇਤਰਾਜ਼ਯੋਗ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਸੋ ਅੱਜ ਪ੍ਰੈਸ ਦੇ ਸਾਹਮਣੇ ਅਸੀਂ ਇਹਨੂੰ ਕੰਡੈਮ ਕਰਦੇ ਹਾਂ, ਬਹੁਤ ਜ਼ਿਆਦਾ ਸਾਨੂੰ ਇਤਰਾਜ਼ ਹੈ। ਜਿਹੜੇ ਸਿਹਤ ਮੰਤਰੀ MLA ਸਮਾਣਾ ਉਹ ਮੀਟਿੰਗ 'ਚ ਆਏ ਸੀ, ਜਿਹੜਾ ਪਿੱਛੇ ਜੇ ਐਪੀਸੋਡ ਹੋਇਆ ਸੀ ਡਾਕਟਰ ਰਾਜ ਬਹਾਦਰ ਦਾ, ਉਹਦੀ ਉਹਨਾਂ ਨੇ ਐਗਜ਼ਾਮਪਲ ਲੈ ਕੇ ਗੱਲ ਸ਼ੁਰੂ ਕਰੀ ਕਿ ਉਦੋਂ ਜਦੋਂ ਰਾਜ ਬਹਾਦਰ ਨੂੰ ਮੈਂ ਹਟਾਇਆ ਤਾਂ ਸਮਾਣੇ ਸਾਡੇ ਕੌਂਸਲਰ ਸਾਹਿਬਾਨ ਵੱਲੋਂ ਅਤੇ ਯੂਥ ਕਾਂਗਰਸ ਪ੍ਰਧਾਨ ਵੱਲੋਂ ਪੁਤਲਾ ਫੂਕਿਆ ਗਿਆ ਸੀ ਸਿਹਤ ਮੰਤਰੀ ਪੰਜਾਬ। ਉਹਨਾਂ ਨੇ ਇਸ ਗੱਲ ਦਾ ਉਹਨਾਂ ਦੇ ਮਨ 'ਚ ਇੰਨਾ ਕੁ ਗੁੱਸਾ ਸੀ ਉਸ ਗੱਲ ਨੂੰ ਲੈ ਕੇ ਉਹਨਾਂ ਨੇ ਕਿ ਮੇਰਾ ਪੁਤਲਾ ਕਿਉਂ ਫੂਕਿਆ ਗਿਆ। ਡੈਮੋਕ੍ਰੇਸੀ ਹੈ, ਜਦ ਉਹਨਾਂ ਦੀ ਸਾਡੀ ਸਰਕਾਰ ਸੀ ਉਹ ਵੀ ਆਪਣੀ ਕਾਰ 'ਚ ਦਰੀਆਂ ਰੱਖੀ ਰੱਖਦੇ ਸੀ ਹਮੇਸ਼ਾ, ਸਾਡੇ MLA ਸਾਹਿਬ ਨੇ ਤਾਂ ਉਹਨੂੰ ਧਰਨਾ ਪਾਰਟੀ ਦਾ ਨਾਮ ਦਿੱਤਾ ਸੀ। ਕੋਈ ਮੁੱਦਾ ਹੁੰਦਾ ਸੀ ਮੇਰੇ ਖਿਲਾਫ ਵੀ ਚੇਤਨ ਸਿੰਘ ਚੌੜਾਮਾਜਰਾ ਨੇ ਧਰਨੇ ਲਾਇਆ, ਠੀਕ ਹੈ, ਉਹਨੂੰ ਹੁਣ ਕੀ ਤਕਲੀਫ ਬਣਦੇ ਇਸ ਗੱਲ ਦੀ। ਉਹ ਧਮਕੀਆਂ ਉਹਨਾਂ ਨੇ ਬੜੀ ਸਾਰੇ ਕੌਂਸਲਰ ਸਾਹਿਬਾਨ ਨੂੰ, ਖਾਸ ਕਰ ਮੇਰੀ ਛੋਟੀ ਭੈਣਾਂ ਇਹਨਾਂ ਨੂੰ ਸਾਰੀਆਂ ਲੇਡੀਜ਼ ਵਿੱਚ ਬੈਠੀਆਂ ਸੀ, ਉਹਨੂੰ ਸ਼ਰੇਆਮ ਧਮਕੀਆਂ ਦੇ ਕੇ ਗਏ ਇਨਡਾਇਰੈਕਟ ਵੇ ਨਾਲ ਕਿ ਮੇਰੇ ਕੋਲ ਸਾਰਾ ਕੁਛ ਹੈ, ਪੰਜਾਬ ਲੈਵਲ ਦੇ ਗੁੰਡੇ, ਮੈਂ ਕੁਛ ਮਰਜ਼ੀ ਕਰ ਸਕਦਾ। ਜਦ ਇਹਨਾਂ ਦੀ ਸਰਕਾਰ ਆਈ ਹੈ, ਇੱਕ ਇਹਨਾਂ ਦਾ PA ਬਲਕਾਰ ਸਿੰਘ ਗੱਜੂਮਾਜਰਾ, ਉਹਨੇ ਤਾਂ ਇੰਨੀ ਕੁ ਤੋਬਾ ਕਰਕੀ ਹੈ, ਇੰਨੀ ਕੁ ਬਦਮਾਸ਼ੀ ਕਰ ਰਿਹਾ। ਸਾਡੇ ਕੁਲਵਿੰਦਰ ਜੀ ਹੈ, ਉਹਨਾਂ ਦੀ ਸਮੋਸਿਆਂ ਦੀ ਦੁਕਾਨ ਹੈ, ਉਹ ਦੀ ਕਹਿੰਦਾ ਮੈਂ ਤੇਰੇ ਸੈਂਪਲ ਭਰਾ ਦਾਂਗਾ। ਟਿੰਕਾ ਗਾਜੇ ਵਾਸੀ ਹੈ, ਉਹਨੂੰ ਕਹਿੰਦਾ ਤੂੰ ਥਾਣੇ ਆਏਗਾ ਤਾਂ ਮੇਰੇ ਕੋਲ ਆ ਰਹੇਗਾ, ਤੈਨੂੰ ਥਾਣੇ ਬੁਲਾਵਾਂ। ਕਿਸੇ ਬੰਦੇ ਨੂੰ ਤਾਂ ਉਹਨੇ ਬਖਸ਼ਿਆ ਹੋਵੇ। ਸ਼ੁਰੂਆਤ ਤੋਂ ਲੈ ਕੇ 9 ਅਪ੍ਰੈਲ ਦੀ ਸਾਡੀ ਇਹਨਾਂ ਦੀ ਸਰਕਾਰ ਜਦ ਦੀ ਬਣੀ ਹੈ, ਮੰਤਰੀ ਬਣਿਆ, ਹੱਦ ਕਰਤੀ ਇਹਨਾਂ ਨੇ, ਸੰਘਰਸ਼ ਕੀ ਹੈ ਜੀ, ਖੜੇ ਅਸੀਂ ਡਟ ਕੇ, ਮੇਰੇ ਨਾਲ 15 MC ਨਾਲ ਹੈ ਮੇਰੇ। ਇਹਨਾਂ ਨੂੰ ਪਹਿਲਾਂ ਵੀ ਮੈਂ ਕਈ ਵਾਰ ਕਹਿ ਚੁੱਕੇ, ਤੁਸੀਂ ਆਪਣਾ ਨੋ ਕੌਨਫੀਡੈਂਸ ਮੋਸ਼ਨ ਲਿਆਓ, ਜਦ ਮਰਜ਼ੀ ਦੇਖ ਲਓ ਆਪਣਾ ਮੈਜੋਰਟੀ ਦੇਖ ਲਓ ਕਿਹਦੇ ਕੋਲ ਆਪਣਾ ਪ੍ਰਧਾਨ ਬਣ ਜਾਏਗਾ। ਮਤਲਬ ਕਿ ਸਾਨੂੰ ਇੱਕ ਧਮਕੀ ਭਰੇ ਲਫ਼ਜ਼ ਬੋਲੇ ਨੇ ਵੀ ਅਸੀਂ ਮਤਲਬ ਕਿ ਤੁਸੀਂ ਜੇ ਮੇਰੇ ਮਤਲਬ ਕਿ ਕਹਿਣੇ 'ਚ ਨਹੀਂ ਚੱਲੋਗੇ, ਮੈਂ ਤੁਹਾਡੇ 'ਤੇ ਪਰਚੇ ਵੀ ਕਰਵਾ ਸਕਦਾ, ਮੈਂ ਮਤਲਬ ਗੁੰਡਾਗਰਦੀ ਵੀ ਕਰਵਾ ਸਕਦਾ। ਉਹਨਾਂ ਨੇ ਇੱਥੋਂ ਤੱਕ ਸਾਨੂੰ ਇਹ ਲਫ਼ਜ਼ ਬੋਲੇ ਨੇ। ਮਾਮਲਾ ਸੀਗਾ ਜੀ, ਸਾਰੀ ਮੀਟਿੰਗ ਠੀਕ ਚੱਲ ਰਹੀ ਸੀ, ਫਿਰ ਉਹ ਮੀਟਿੰਗ ਕਰਦੇ ਕਰਦੇ ਇੱਕਦਮ ਮਤਲਬ ਇਹ ਸਾਰੀਆਂ ਗੱਲਾਂ ਬੋਲਣ ਲੱਗ ਗਏ ਕਿ ਜਿਵੇਂ ਮੈਨੂੰ ਸਰਕਾਰਾਂ ਦਾ ਕੋਈ ਮਤਲਬ ਨਹੀਂ, ਮੈਂ ਤੁਹਾਡਾ ਇਹ ਕਰਦਾ, ਮੈਂ ਉਹ ਕਰਦਾ। ਫਿਰ ਕਹਿੰਦੇ ਕਿ ਪਰ ਚਲੋ, ਕਹਿੰਦੇ ਸਾਡੇ ਨਾਲ ਨਿਊਟਰਲ ਚੱਲੋ, ਪਰ ਫਿਰ ਬਾਅਦ 'ਚ ਕਹਿਣ ਲੱਗੇ ਕਿ ਮੈਂ ਪਰਚੇ ਵੀ ਕਰਵਾ ਸਕਦਾ ਤੁਹਾਡੇ 'ਤੇ, ਮੈਂ ਮੇਰੀ ਸਰਕਾਰ ਹੈ, ਮੈਂ ਕੁਛ ਵੀ ਕਰ ਸਕਦਾ।
सारे ने एप्रीशिएट किया कि पहला मंत्री है जेड़ा विरोधी धिर के जिन्हें भी एम सी ने उन्होंने सारे गलबात करके गए हैं। देखो नगर कौंसल दे विच कोई आम आदमी पार्टी के एम सी है नहीं गए, जिन्हें एम सी ने सारे कांग्रेस के ने। उन्होंने मैं पूछा भी कोई किसी को तकलीफ है, सगो उन्होंने कहा कि सानू तकलीफ है, सानू अपने वार्डों वास्ते जो सफाई कर्मचारी वो नहीं मिलते। सो उन्होंने उत्थे ड्यूटियां लाइया गई, कहते पब्लिक स्कूल के सामने जिहड़ा डंप है उत्थे बाहर तक जिहड़ा आ जांदा है, वो कहते भी साडी सुनवाई नहीं नगर कौंसल दे विच कीती जांदी, उन्होंने गल कीती गई सी। सो इस करके जिन्हें एम सी ने वो सारी कांग्रेस के ने, साडी तां पार्टी का कोई एमसी बनी नहीं है। सो आपस में वो लड़ते ने की करते हैं उसके बारे मैंने नहीं सर, मैं सगो कोई उन्होंने आपस में तू तू मैं हुई है पहला जो मैं उत्थे तुरन लग्या, सगो मैं उन्होंने बिच बचाले पैके मैं दोनों समझाया कि इस काम च कुछ नहीं रखा, बस मैं चलिया गया। उस तो बाद कोई कहते ने कोई तू तू मैं हुई है। कैमरामैन बीके गर्ग के नाल पुरुषोत्तम कौशिक, समाणा न्यूज़।